ਗਏ ਮਾਪਿਆਂ ਦੇ ਕਾਲਜੇ ਵਲੂੰਦਰੇ ਕੇ ਕਿਸੇ ਨੂੰ ਨਾ ਚੋਟਾਂ ਦਿਸੀਆਂ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਲੈਜੈਂਡ ਬਲੌਗਸ ਅਤੇ ਮੈਂ ਗੁਰਪ੍ਰੀਤ ਸਿੰਘ। ਅੱਜ ਇੱਕ ਸਿੱਧੂ ਮੂਸੇਵਾਲਾ ਦੇ ਯੂਟਿਊਬ ਚੈਨਲ 'ਤੇ ਨਵਾਂ ਗਾਣਾ ਰਿਲੀਜ਼ ਹੋਇਆ ਜੋ ਤੁਸੀਂ ਹੁਣੇ ਸੁਣਿਆ। ਇਹ ਗਾਣਾ ਕਿਸਨੇ ਗਾਇਆ ਉਹ ਵੀ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ। ਜਦੋਂ ਸਿੱਧੂ ਮੂਸੇਵਾਲਾ ਪਹਿਲੀ ਵਾਰ ਕੈਨੇਡਾ ਜਾਂਦਾ ਤਾਂ ਉੱਥੇ ਉਸਨੂੰ ਉਸਦੇ ਤਾਏ ਦਾ ਮੁੰਡਾ ਹੈ ਉਹ ਲੈਣ ਆਉਂਦਾ, ਜਿਸਦਾ ਨਾਮ ਕਿ ਜਸ਼ਨ ਸਿੱਧੂ ਹੈ। ਅਤੇ ਇਹ ਗਾਣਾ ਜਸ਼ਨ ਸਿੱਧੂ ਨੇ ਹੀ ਅੱਜ ਗਾਇਆ ਅਤੇ ਅੱਜ ਇਹ ਗਾਣਾ ਗਾ ਕੇ ਜਸ਼ਨ ਨੇ ਸਿੱਧੂ ਮੂਸੇਵਾਲਾ ਦੇ ਲਈ ਇਨਸਾਫ ਦੀ ਮੰਗ ਕੀਤੀ ਹੈ। ਜਦੋਂ ਸਿੱਧੂ ਮੂਸੇਵਾਲਾ ਕੈਨੇਡਾ ਦੇ ਵਿੱਚ ਜਾਂਦਾ ਤਾਂ ਉਸ ਸਮੇਂ ਦੀਆਂ ਜੋ ਤਸਵੀਰਾਂ ਨੇ ਉਹ ਅੱਜ ਵੀ ਸੋਸ਼ਲ ਮੀਡੀਆ 'ਤੇ ਮੌਜੂਦ ਨੇ। ਉਹ ਪੋਸਟਾਂ ਸਿੱਧੂ ਦੇ ਤਾਏ ਦਾ ਮੁੰਡਾ ਅਤੇ ਸਿੱਧੂ ਹੈ ਉਹ ਵੀ ਸੋਸ਼ਲ ਮੀਡੀਆ ਦੇ ਉੱਪਰ ਸ਼ੇਅਰ ਕਰਦੇ ਨੇ। ਚੈਨਲਾਂ ਨੂੰ ਦਿਸੀ TRP ਤੇ ਲੀਡਰਾਂ ਨੂੰ ਵੋਟਾਂ ਦਿਸੀਆਂ। ਇਸ ਗਾਣੇ ਦੇ ਵਿੱਚ ਉਸਨੇ ਆਪਣੇ ਭਰਾ ਦੇ ਲਈ ਇਨਸਾਫ ਦੀ ਮੰਗ ਕੀਤੀ ਹੈ ਅਤੇ ਕੁਝ ਚੈਨਲਾਂ ਅਤੇ ਲੀਡਰਾਂ ਦੇ ਉੱਪਰ ਨਿਸ਼ਾਨਾ ਲਗਾਇਆ, ਕਿਉਂਕਿ ਉਸ ਸਮੇਂ ਕੁਝ ਚੈਨਲਾਂ ਨੇ ਬਹੁਤ ਜ਼ਿਆਦਾ TRP ਦੇ ਲਈ ਗਲਤ ਖਬਰਾਂ ਕੀਤੀਆਂ ਅਤੇ ਨਾਲ ਹੀ ਕੁਝ ਨੇਤਾ ਨੇ ਜੋ ਰਾਜਨੀਤੀ ਵੀ ਕੀਤੀ ਉਹਨਾਂ ਨੂੰ ਸੁਣਾਇਆ ਕਿ ਉਹਨਾਂ ਨੇ ਅਜਿਹਾ ਕਰਕੇ ਬਹੁਤ ਗਲਤ ਕੀਤਾ। ਜਦੋਂ ਜਸ਼ਨ ਸਿੱਧੂ ਦਾ ਵਿਆਹ ਹੁੰਦਾ ਤਾਂ ਉਸ ਸਮੇਂ ਜਿਹੜਾ ਲਾਭ ਹੀਰੇ ਦਾ ਅਖਾੜਾ ਹੈ ਉਹ ਵੀ ਉਸਦੇ ਵਿਆਹ ਦੇ ਵਿੱਚ ਹੀ ਲੱਗਿਆ ਹੁੰਦਾ, ਜਿਸ ਅਖਾੜੇ ਦੀਆਂ ਵੀਡੀਓਜ਼ ਅੱਜ ਵੀ ਵੱਖ ਵੱਖ ਚੈਨਲਾਂ ਦੇ ਉੱਪਰ ਚੱਲਦੀਆਂ ਤੁਸੀਂ ਦੇਖ ਸਕਦੇ ਹੋ, ਜਿਸ ਦੇ ਵਿੱਚ ਸਿੱਧੂ ਮੂਸੇਵਾਲਾ ਬੜਾ ਹੀ ਖੁਸ਼ ਹੁੰਦਾ ਅਤੇ ਜੋ ਗਾਣਾ ਲਾਭ ਹੀਰਾ ਗਾਉਂਦਾ ਅਤੇ ਉਸਦੇ ਨਾਲ ਕਈ ਹੋਰ ਸਿੰਗਰ ਵੀ ਸਟੇਜ ਦੇ ਉੱਪਰ ਮੌਜੂਦ ਹੁੰਦੇ ਨੇ, ਉਹ ਵੀਡੀਓਜ਼ ਅੱਜ ਵੀ ਸੋਸ਼ਲ ਮੀਡੀਆ ਦੇ ਉੱਪਰ ਮੌਜੂਦ ਨੇ। ਪਰ ਕਹਿੰਦੇ ਨੇ ਕਿ ਭਾਈਆਂ ਦੇ ਲਈ ਦਰਦ ਜਿਹੜੇ ਚਾਚੇ ਤਾਏ ਦੇ ਮੁੰਡੇ ਹੁੰਦੇ ਨੇ ਉਹਨਾਂ ਵਿੱਚ ਘੱਟ ਹੁੰਦਾ, ਪਰ ਅਜਿਹਾ ਕੁਝ ਨਹੀਂ। ਜਸ਼ਨ ਸਿੱਧੂ ਨੇ ਇੱਕ ਮਿਸਾਲ ਪੈਦਾ ਕੀਤੀ ਹੈ ਕਿ ਉਸਦੇ ਦਿਲ ਦੇ ਵਿੱਚ ਵੀ ਅੱਜ ਸਿੱਧੂ ਮੂਸੇਵਾਲੇ ਦੇ ਲਈ ਬਹੁਤ ਜ਼ਿਆਦਾ ਦਰਦ ਹੈ, ਕਿਉਂਕਿ ਸਿੱਧੂ ਮੂਸੇਵਾਲਾ ਉਸਦਾ ਭਾਈ ਸੀ। ਸਿੱਧੂ ਭਾਵੇਂ ਇਸ ਦੁਨੀਆ ਤੋਂ ਚਲਾ ਗਿਆ ਪਰ ਜਸ਼ਨ ਸਿੱਧੂ ਨੇ ਇਹ ਗਾਣਾ ਗਾ ਕੇ ਇਨਸਾਫ ਦੇ ਲਈ ਆਵਾਜ਼ ਬੁਲੰਦ ਕੀਤੀ ਹੈ। ਅਤੇ ਤੁਸੀਂ ਵੀ ਇਹ ਸਾਰੇ ਜਣੇ ਗਾਣਾ 69 ਰੈਕੋਰਡਸ ਦੇ ਉੱਪਰ ਹੀ ਸੁਣਿਓ, ਕਿਉਂਕਿ ਯੂਟਿਊਬ ਦੇ ਉੱਪਰ ਕਈ ਫੇਕ ਚੈਨਲ ਹੁੰਦੇ ਨੇ, ਉਹ ਵੀ ਗਾਣੇ ਕਾਪੀ ਕਰਕੇ ਅਪਲੋਡ ਕਰ ਦਿੰਦੇ ਨੇ। ਜਿਸ ਕਿਸੇ ਨੇ ਵੀ ਕੋਈ ਰੀਲ ਵਗੈਰਾ ਬਣਾਉਣੀ ਹੋਵੇ ਤਾਂ ਇੱਕੋ ਹੀ ਬੇਨਤੀ ਹੈ ਕਿ ਉਹ ਜਿਹੜਾ ਸਿੱਧੂ ਦਾ ਅਫੀਸ਼ੀਅਲ ਚੈਨਲ ਹੈ ਉਸਦੇ ਉੱਪਰ ਜਾ ਕੇ ਹੀ ਗਾਣਾ ਸੁਣਨ ਅਤੇ ਉਸਦੇ ਉੱਪਰ ਜਾ ਕੇ ਹੀ ਰੀਲਾਂ ਬਣਾਉਣ। ਜਿੱਥੇ ਜਸ਼ਨ ਨੇ ਸਿੱਧੂ ਮੂਸੇਵਾਲੇ ਦੇ ਲਈ ਇਨਸਾਫ ਦੀ ਮੰਗ ਕੀਤੀ ਆ, ਉੱਥੇ ਹੀ ਮਾਤਾ ਪਿਤਾ ਦਾ ਜੋ ਦਰਦ ਹੈ ਉਹ ਵੀ ਬਿਆਨ ਕੀਤਾ, ਕਿਉਂਕਿ ਆਪਣੇ ਭਰਾ ਦੇ ਲਈ ਇਨਸਾਫ ਦੀ ਮੰਗ ਵੀ ਕੀਤੀ ਹੈ ਅਤੇ ਇਸ ਗਾਣੇ ਦਾ ਜੋ ਨਾਮ ਹੈ ਉਹ ਡੀਅਰ ਬ੍ਰਦਰ ਰੱਖਿਆ ਗਿਆ। ਆਪਣੇ ਭਾਈ ਦੇ ਲਈ ਗਾਣਾ ਗਾ ਕੇ ਇਨਸਾਫ ਦੀ ਮੰਗ ਕੀਤੀ ਹੈ ਅਤੇ ਤੁਸੀਂ ਇਸ ਗਾਣੇ ਨੂੰ 69 ਰੈਕੋਰਡਸ ਦੇ ਉੱਪਰ ਸੁਣ ਸਕਦੇ ਹੋ। ਅਤੇ ਇਨਸਾਫ ਦੇ ਲਈ ਵੀ ਜੋ ਜਸ਼ਨ ਸਿੱਧੂ ਨੇ ਆਵਾਜ਼ ਬੁਲੰਦ ਕੀਤੀ ਹੈ, ਕਿਉਂਕਿ ਪਰਿਵਾਰ ਲਗਾਤਾਰ 7 ਤੋਂ ਸਿੱਧੂ ਦੇ ਲਈ ਇਨਸਾਫ ਦੀ ਮੰਗ ਕਰ ਰਿਹਾ, ਪਰ ਜੋ ਇਨਸਾਫ ਹੈ ਉਹ ਹਜੇ ਤੱਕ ਨਹੀਂ ਮਿਲਿਆ, ਜਿਸ ਕਰਕੇ ਪਰਿਵਾਰ ਲਗਾਤਾਰ ਸੰਘਰਸ਼ ਕਰ ਰਿਹਾ। ਲੋਕੀ ਖੱਟ ਕੇ ਬਥੇਰਾ ਕੁਝ ਸ਼ੁਭ ਸਿਆਮਾਂ ਨੂੰ ਨਾ ਪੁੱਤ ਮਿਲਿਆ।